ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਦੀਪ ਕੌਰ ਹੈ ਅਤੇ ਮੈਂ ਮੋਗਾ ਸ਼ਹਿਰ ਦੀ ਰਹਿਣ ਵਾਲੀ ਹਾਂ। ਅੱਜ ਮੈਂ ਕੌਰ ਇਮੀਗ੍ਰੇਸ਼ਨ ਸਪੈਸ਼ਲੀ ਕੁਲਵਿੰਦਰ ਮੈਮ ਅਤੇ ਰਿਸ਼ਪਾਲ ਸਿੰਘ ਸੋਸਨ ਸਰ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਕਿਉਂਕਿ ਉਹਨਾਂ ਦੀ ਹੈਲਪ ਅਤੇ ਹਾਰਡ ਵਰਕ ਦੀ ਕਰਕੇ ਹੀ ਮੈਨੂੰ ਮੇਰਾ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ। ਕਿਉਂਕਿ ਮੇਰੀ ਬਹੁਤ ਹੀ ਜ਼ਿਆਦਾ ਕੰਪਲੀਕੇਟਡ ਪ੍ਰੋਫਾਈਲ ਸੀ, ਬਿਕੋਜ਼ ਮੈਂ ਇੱਕ ਹੋਮਿਓਪੈਥਿਕ ਡਾਕਟਰ ਹਾਂ ਅਤੇ ਮੈਂ ਬੈਚਲਰ ਐਂਡ ਮਾਸਟਰਸ ਹੋਮਿਓਪੈਥੀ ਦੇ ਵਿੱਚ ਕੀਤੀ ਹੋਈ ਹੈ। ਅਤੇ ਇਸ ਤੋਂ ਬਿਨਾਂ ਮੈਂ 4 ਵਾਰ ਅਪਲਾਈ ਕੀਤਾ ਹੋਇਆ ਸੀ। ਪਹਿਲਾਂ 2 ਵਾਰ ਕੌਰ ਇਮੀਗ੍ਰੇਸ਼ਨ ਤੋਂ ਫਾਈਲ ਅਪਲਾਈ ਕਰਵਾਈ ਸੀ, ਬਟ ਕਿਸੇ ਕਾਰਨ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਮੇਰਾ ਰਿਫਿਊਜ਼ ਹੋ ਗਿਆ। ਅਤੇ ਫਿਰ ਸਰ ਨੇ ਸਾਨੂੰ ਬਹੁਤ ਇਨਸਿਸਟ ਕੀਤਾ ਸੀਗਾ ਕਿ ਤੁਸੀਂ ਦੁਬਾਰਾ ਫਿਰ ਅਪਲਾਈ ਕਰ ਦਿਓ 3rd ਟਾਈਮ, ਬਟ ਅਸੀਂ ਉਹਨਾਂ ਦੀ ਨਹੀਂ ਸੁਣੀ ਅਤੇ ਅਸੀਂ ਕਿਸੇ ਹੋਰ ਏਜੰਟ ਕੋਲ ਚਲੇ ਗਏ ਅਤੇ ਉੱਥੋਂ ਸਾਡੀਆਂ ਫਿਰ 2 ਰਿਫਿਊਜ਼ਲਸ ਆਈਆਂ। ਸੋ ਬਾਅਦ ਦੇ ਵਿੱਚ ਵੀ ਸਾਨੂੰ ਨਿਰਾਸ਼ ਹੀ ਹੋਣਾ ਪਿਆ ਅਤੇ ਮੈਂ ਬਿਲਕੁਲ ਹੀ ਹੋਪ ਛੱਡ ਚੁੱਕੀ ਸੀਗੀ। ਬਟ ਫਿਰ ਕੌਰ ਇਮੀਗ੍ਰੇਸ਼ਨ ਦੀ ਟੀਮ ਦੇ ਕੁਛ ਮੈਂਬਰ ਸੀ ਜਿਨ੍ਹਾਂ ਨੇ ਸਾਨੂੰ ਦੁਬਾਰਾ ਵਿਜ਼ਿਟ ਕਰਨ ਲਈ ਕਿਹਾ ਅਤੇ ਕਿ ਤੁਸੀਂ ਦੁਬਾਰਾ ਫਿਰ ਵਿਜ਼ਿਟ ਕਰੋ। ਅਤੇ ਫਿਰ ਅਸੀਂ ਦੁਬਾਰਾ ਇੱਥੇ ਆਏ ਅਤੇ ਅਸੀਂ ਰਿਸ਼ਪਾਲ ਸਰ ਨੂੰ ਅਤੇ ਕੁਲਵਿੰਦਰ ਮੈਮ ਨੂੰ ਮਿਲੇ ਅਤੇ ਉਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕੀਤਾ, ਇਨਕਰੇਜ ਕੀਤਾ ਕਿ ਤੁਸੀਂ ਬੇਝਿਜਕ ਹੋ ਕੇ ਆਪਣੀ ਫਾਈਲ ਅਪਲਾਈ ਕਰੋ ਸਾਡੇ ਕੋਲੋਂ ਅਤੇ ਤੁਹਾਡਾ ਅਸੀਂ 100% ਤੁਹਾਡਾ ਵੀਜ਼ਾ ਅਸੀਂ ਦਵਾ ਕੇ ਦੇਵਾਂਗੇ। ਅਤੇ ਉਹਨਾਂ ਨੇ ਸਾਨੂੰ ਇੰਨਾ ਵਿਸ਼ਵਾਸ ਦਿਵਾ ਦਿੱਤਾ ਕਿ ਸਾਨੂੰ ਇੱਦਾਂ ਲੱਗਣ ਲੱਗ ਗਿਆ ਕਿ ਸਾਡਾ ਵੀਜ਼ਾ ਕੁਝ ਹੀ ਦਿਨਾਂ ਦੇ ਵਿੱਚ ਆ ਜਾਵੇਗਾ। ਸੋ ਉਹਨਾਂ ਦੀ ਟੀਮ ਅਤੇ ਉਹਨਾਂ ਦੀ ਮਿਹਨਤ ਸਦਕਾ ਹੀ, ਅਣਥੱਕ ਮਿਹਨਤ ਸਦਕਾ ਹੀ ਸਾਨੂੰ ਸਾਡਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੁੰਦਾ ਦਿਖ ਰਿਹਾ ਸੀ। ਸੋ ਆਫਟਰ ਆਲ 27 ਦਿਨਾਂ ਦੀ ਮਿਹਨਤ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੀ ਫਾਈਲ ਅਪਲਾਈ ਕੀਤੀ ਅਤੇ ਵਿਦਇਨ 27 ਡੇਜ਼ ਮੇਰਾ ਵੀਜ਼ਾ ਅਪਰੂਵ ਹੋ ਕੇ ਆ ਗਿਆ, ਅਤੇ ਜਿਹਦੇ ਕਰਕੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਅਤੇ ਮੇਰੇ ਘਰ ਦੇ ਵੀ ਬਹੁਤ ਜ਼ਿਆਦਾ ਖੁਸ਼ ਨੇ ਅਤੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ। ਕਿਉਂਕਿ ਸਾਡਾ ਅਸੀਂ ਬਿਲਕੁਲ ਹੀ ਨਿਰਾਸ਼ ਹੋ ਚੁੱਕੇ ਸੀਗੇ, ਸਾਨੂੰ ਕੋਈ ਵੀ ਉਮੀਦ ਨਹੀਂ ਸੀਗੀ, ਬਟ ਫਿਰ ਵੀ ਉਹ ਸਾਡੇ ਲਈ ਰੱਬ ਵਾਂਗੂ ਆਏ ਅਤੇ ਸਾਨੂੰ ਅੱਛਾ ਮਾਰਗਦਰਸ਼ਨ ਕੀਤਾ ਸਾਡਾ, ਅਤੇ ਅਸੀਂ ਆਪਦਾ ਮੈਂ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ। ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸੱਚ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਾਂਗੀ ਕਿ ਤੁਸੀਂ ਇੱਕ ਵਾਰ ਜ਼ਰੂਰ ਕੌਰ ਇਮੀਗ੍ਰੇਸ਼ਨ ਵਿਜ਼ਿਟ ਕਰੋ। ਅਤੇ ਅਗਰ ਤੁਹਾਡੀਆਂ ਬਹੁਤ ਜ਼ਿਆਦਾ ਰਿਫਿਊਜ਼ਲਸ ਨੇ ਤਾਂ ਵੀ ਉਹ ਫਰੈਸ਼ ਕੇਸ ਹੈ ਤਾਂ ਵੀ, ਔਰ ਜੇ ਅਗਰ ਸਪਾਊਸ ਕੇਸ ਹੈ ਤਾਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਇਹਨਾਂ ਬਹੁਤ ਹੀ ਜ਼ਿਆਦਾ ਟੀਮ ਮਿਹਨਤੀ ਹੈ ਅਤੇ ਬਹੁਤ ਹੀ ਜ਼ਿਆਦਾ ਇਨਕਰੇਜ ਕਰਦੀ ਹੈ ਤੁਹਾਨੂੰ ਆਪਣਾ ਸੁਪਨਾ ਸਾਕਾਰ ਕਰਨ ਲਈ। ਸੋ ਤੁਸੀਂ ਇੱਕ ਵਾਰ ਜ਼ਰੂਰ ਕੌਰ ਇਮੀਗ੍ਰੇਸ਼ਨ ਵਿਜ਼ਿਟ ਕਰੋ। ਇਹਨਾਂ ਦੇ 2 ਮੇਨ ਬ੍ਰਾਂਚਿਸ ਨੇ, ਇੱਕ ਮੋਗਾ ਸ਼ਹਿਰ ਦੇ ਵਿੱਚ ਹੈ ਅਤੇ ਦੂਸਰੀ ਅੰਮ੍ਰਿਤਸਰ ਦੇ ਵਿੱਚ ਹੈ। ਅਤੇ ਜਿਹੜੀ ਮੋਗਾ ਬ੍ਰਾਂਚ ਹੈ ਉਹ ਪੁਰਾਣੀ ਲੋਕੇਸ਼ਨ ਤੋਂ ਚੇਂਜ ਹੋ ਕੇ ਨਿਊ ਲੋਕੇਸ਼ਨ ਮੋਗਾ ਫਿਰੋਜ਼ਪੁਰ ਰੋਡ ਦੁਨੇ ਕੇ ਸ਼ਿਫਟ ਹੋ ਗਈ ਹੈ। ਅਤੇ ਮੈਂ ਇੱਕ ਵਾਰ ਫਿਰ ਤੋਂ ਪੂਰੀ ਟੀਮ ਦਾ, ਸਰ ਦਾ ਅਤੇ ਮੈਮ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ। ਥੈਂਕ ਯੂ।